ਐਸਜੀਪੀਸੀ ਪ੍ਰਧਾਨ ਕਿਰਪਾਲ ਸਿੰਘ ਮਨੂੰਗਰ ਨੇ ਇੱਕ ਵਾਰ ਫਿਰ ਜੀਐਸਟੀ ਨੂੰ ਲੈ ਕੇ ਪ੍ਰਧਾਨ ਮੰਤਰੀ, ਵਿੱਤ ਮੰਤਰੀ ਅਤੇ ਮਨਪ੍ਰੀਤ ਬਾਦਲ ਉੱਤੇ ਤਿੱਖੇ ਵਾਰ ਕੀਤੇ। ਐਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਭ ਨਾਲ ਮਨ ਦੀ ਗੱਲ ਕਰਨ ਦੀ ਗੱਲ ਕਰਦੇ ਹਨ, ਲੇਕਿਨ ਉਹਨਾਂ ਨੂੰ 1.5 ਕਰੋੜ ਲੋਕਾਂ ਦੇ ਮਨ ਦੀ ਗੱਲ ਕਿਉਂ ਸਮਝ ਨਹੀਂ ਆਉਂਦੀ, ਜਿਸ ਕਾਰਨ ਉਹ ਆਪਣੀ ਗੱਲ ਲੋਕਾਂ ਉੱਪਰ ਧੱਕੇ ਨਾਲ ਥੋਪ ਰਹੇ ਹਨ। ਅਰੁਣ ਜੇਤਲੀ ਉੱਤੇ ਬੋਲਦੇ ਹੋਏ ਪ੍ਰੋਫੈਸਰ ਬਨੂੰਗਰ ਨੇ ਕਿਹਾ ਕਿ ਉਹ ਪੰਜਾਬ ਦੇ ਹਨ ਅਤੇ ਉਹਨਾਂ ਨੂੰ ਸਿੱਖ ਧਰਮ ਦੇ ਬਾਰੇ ਵਿੱਚ ਸਭ ਗਿਆਨ ਹੈ, ਲੇਕਿਨ GST ਧਾਰਮਿਕ ਸੰਸਥਾਵਾਂ ਉੱਤੇ ਲਿਆਉਣਾ ਉਹਨਾਂ ਦੀ ਸਮਝ ਦੇ ਬਾਹਰ ਹੈ। ਉੱਥੇ ਹੀ ਮੁੱਖ ਮੰਤਰੀ ਵੱਲੋਂ ਵਿੱਤ ਮੰਤਰੀ ਨੂੰ ਮਿਲਣ ਉੱਤੇ ਪੁੱਛੇ ਸਵਾਲ ਉੱਤੇ ਉਹਨਾਂ ਕਿਹਾ ਕਿ ਪਹਿਲਾਂ ਉਹ ਸਟੇਟ GST ਖਤਮ ਕਰਦੇ, ਫਿਰ ਉਹਨਾਂ ਨੂੰ ਕਹਿੰਦੇ, ਜਿਸ ਨਾਲ ਉਹ ਵੀ ਸ਼ਾਇਦ ਇਸ ਨੂੰ ਮੰਨਦੇ। ਉਹਨਾਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਉੱਤੇ ਵੀ ਤਿੱਖੇ ਹਮਲੇ ਕੀਤੇ। ਉਹਨਾਂ ਕਿਹਾ ਕਿ ਜਦੋਂ ਅਕਾਲੀ ਦਲ ਸਰਕਾਰ ਵਿੱਚ ਮੰਤਰੀ ਸਨ ਤਾਂ ਉਹਨਾਂ ਨੇ ਵੈਟ ਖਤਮ ਕੀਤਾ ਸੀ ਅਤੇ ਹੁਣ ਸਰਕਾਰ ਵਿੱਚ GST ਕਿਉਂ ਖਤਮ ਨਹੀਂ ਕਰ ਸਕਦੇ? ਇਹ ਸਾਰਾ ਕਿਵੇਂ ਚੱਲੇਗਾ ਜੇ ਸ਼੍ਰੋਮਣੀ ਕਮੇਟੀ ਦੇ ਉਸ ਚੜ੍ਹਾਵੇ 'ਤੇ ਟੈਕਸ ਲੱਗੇਗਾ, ਜਿਸ ਚੜ੍ਹਾਵੇ ਨਾਲ ਸਾਰਾ ਕੁਝ ਚੱਲਦਾ ਹੈ, ਤਾਂ ਕਿੱਥੇ ਚੱਲੇਗਾ? ਇਸ ਗੱਲ ਦਾ ਬੜਾ ਅਫਸੋਸ ਹੈ। ਔਰ ਦੋ ਇਹਦੇ ਅਗਲੇ ਹਿੱਸੇ ਨੇ, ਇਹਦੇ 'ਚ 50% ਸਟੇਟ ਦਾ, 50% ਕੇਂਦਰ ਦਾ। ਸਟੇਟ ਦਾ ਜੋ ਫਾਈਨਾਂਸ ਮਿਨਿਸਟਰ ਹੈ, ਉਹ ਫਾਈਨਾਂਸ ਮਿਨਿਸਟਰ ਜਿਨ੍ਹਾਂ ਨੇ ਬਾਦਲ ਸਰਕਾਰ ਦੇ ਵਿੱਚ ਇਹ ਵੈਟ ਜਿਹੜਾ ਜਿਹਦੀ ਤਬਦੀਲੀ ਕਰਕੇ GST ਬਣ ਗਿਆ, ਉਹ ਮਾਫ ਕੀਤਾ ਸੀ। ਇਹਨਾਂ ਦੀ ਗੱਲ ਉਹਨਾਂ ਨਾਲ ਹੋਇਆ ਸੀ, ਇਹਨਾਂ ਦੇ ਪ੍ਰਪੋਜ਼ਲ ਨਾਲ ਹੋਇਆ ਸੀ। ਉਹ ਤਾਂ ਕੋਈ ਚੀਜ਼ ਨਹੀਂ ਬਦਲੀ, ਉਹਦੀ ਬਲਦੀਅਤ ਨਹੀਂ ਬਦਲੀ, ਉਹਦਾ ਨਾਂ ਨਹੀਂ ਬਦਲਿਆ, ਉਹਦਾ ਸਰੀਰ ਨਹੀਂ ਬਦਲਿਆ, ਸਿਰਫ ਇੱਧਰ ਦੇ ਘਰ 'ਚ ਔਖਾ ਮਹਿਸੂਸ ਕੀਤਾ, ਉਹ ਤਾਂ ਚਲੇ ਗਏ। ਇੰਨੇ ਫਰਕ ਪਿਆ ਨਾ, ਪੰਜਾਬੀ ਸਰਕਾਰ ਹੀ, ਉਹ ਵੀ ਪੰਜਾਬੀ ਸਰਕਾਰ ਸੀ, ਅਤੇ ਹੁਣ ਉਹ ਕਹਿ ਰਹੇ ਨੇ ਕਿ ਕੇਂਦਰ ਸਰਕਾਰ ਕਰਦੀ ਹੈ। ਅਸੀਂ ਚੀਫ ਮਿਨਿਸਟਰ ਸਾਹਿਬ ਨੂੰ ਲਿਖਿਆ, ਉਹਨਾਂ ਨੇ ਸਾਡੀ ਚਿੱਠੀ ਦੇ ਤਰਫ ਅਗਲੇ ਦਿਨ ਹੀ ਫਾਈਨਾਂਸ ਮਿਨਿਸਟਰ ਨੂੰ ਲਿਖਤਾ, ਉਹਨਾਂ ਨੇ ਵੀ ਦੁਬਾਰਾ ਬੇਨਤੀ ਕੀਤੀ ਹੈ ਕਿ ਤੁਸੀਂ ਪਹਿਲਾਂ ਆਪਣਾ ਮਾਫ ਕਰਕੇ ਫਿਰ ਤੁਸੀਂ ਜੇਤਲੀ ਸਾਹਿਬ ਨੂੰ ਮਿਲਵਾ ਜੋ ਮਿਲਣ ਵਾਸਤੇ ਗਏ ਹੋਏ ਨੇ, ਪਰ ਚੰਗਾ ਹੁੰਦਾ ਪਹਿਲਾਂ ਉਹ ਆਪਣੀ ਸਟੇਟ ਦਾ ਮਾਫ ਕਰਕੇ ਫਿਰ ਜੇਤਲੀ ਨੂੰ ਕਹਿੰਦੇ ਕਿ ਮੈਂ ਮਾਫ ਕਰਕੇ ਹਾਂ, ਤੁਸੀਂ ਆਪਣਾ ਮਾਫ ਕਰੋ। ਔਰ ਜੇਤਲੀ ਸਾਹਿਬ ਕੱਲ੍ਹ ਸਾਡਾ ਸ਼੍ਰੋਮਣੀ ਅਕਾਲੀ ਦਲ ਦਾ ਵਫਦ ਜਿਹੜਾ ਮਿਲਿਆ, ਸਰਦਾਰ ਸ਼੍ਰੀ ਸੁਖਦੇਵ ਸਿੰਘ, ਆਪਣੇ ਸੁਪ੍ਰੇਮ ਸਿੰਘ ਚੰਦ ਦੁਬਾਰਾ ਸਾਰੇ ਮਿਲੇ, ਅਤੇ ਜੇਤਲੀ ਸਾਹਿਬ ਨੇ ਸਾਡੇ ਵਫਦ ਨੂੰ ਕਹਿਤਾ ਕਿ ਮੇਰੇ ਬੱਸ ਵਿੱਚ ਕੁਛ ਨਹੀਂ। ਜੇਤਲੀ ਸਾਹਿਬ ਕਲਮ ਤਾਂ ਉਹੀ ਆ ਤੁਹਾਡੀ ਜੇਬ ਜਿਹੜੀ ਪਹਿਲਾਂ ਸੀ, ਜਿਸ ਕਲਮ ਨੇ GST ਲਾਇਆ ਉਹ ਕਲਮ ਤੁਹਾਡੀ ਜੇਬ 'ਚ ਹੁਣ ਵੀ ਹੈਗੀ ਆ, ਜਿਹੜੀ ਕਲਮ ਲਾ ਸਕਦੀ ਆ ਉਹ ਹਟਾ ਵੀ ਸਕਦੀ ਹੈ। ਜਿਹੜੀ GST ਕੌਂਸਲ ਹੈ ਉਹਦੀ ਚੇਅਰਮੈਨ ਉਹਦਾ ਫਾਈਨਾਂਸ ਮਿਨਿਸਟਰ ਹੈ ਹਿੰਦੁਸਤਾਨ ਦਾ, ਅਰੁਣ ਜੇਤਲੀ ਫਾਈਨਾਂਸ ਮਿਨਿਸਟਰ ਨੇ, ਪਰ ਹਮੇਸ਼ਾ ਉਹ ਫੈਸਲੇ ਹੁੰਦੇ ਜੋ ਚੇਅਰ ਚਾਹੁੰਦੀ ਹੈ। ਇਹ ਵੀ ਨਹੀਂ ਹੈ, ਅਸੀਂ ਸਿੱਖ ਪੰਥ ਹਮੇਸ਼ਾ ਸਾਡੇ ਨਾਲ ਹੈ, ਸਿੱਖ ਪੰਥੀ ਸ਼੍ਰੋਮਣੀ ਕਮੇਟੀ ਦਾ ਮਾਲਕ ਹੈ, ਪਰ ਇਹ ਕਿਸ ਤਰ੍ਹਾਂ ਹੋ ਸਕਦੀ ਹੈ? ਅੱਜ ਉਹ ਇਸ 'ਤੇ ਟੈਕਸ ਲਾਉਣਗੇ, ਕੱਲ੍ਹ ਨੂੰ ਸਾਡੇ ਕਿਸੇ ਹੋਰ ਚੀਜ਼ 'ਤੇ ਟੈਕਸ ਲਾਉਣਗੇ, ਪਰਸੋਂ ਸਾਡੀ ਦਰਤਾਜ 'ਤੇ ਟੈਕਸ ਲਾ ਦੇਣਗੇ। ਅਸੀਂ ਤਾਂ ਲੋਕਾਂ ਦੇ ਹੱਕਾਂ ਲਈ ਲੜੇ ਹਾਂ, ਜਦੋਂ ਸਾਡੇ ਨਾਲ ਧੱਕਾ ਹੋਏਗਾ ਫਿਰ ਕਿਉਂ ਨਹੀਂ ਜਵੇ ਬਾਣ ਲੱਗੇ ਤਵੇ ਰੋਸ ਜਾ ਕੇ ਕਿਹਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ। ਇਸ ਲਈ ਇਹ ਸਾਡੇ 'ਤੇ ਸਿੱਧਾ ਅਟੈਕ ਹੈ, ਸਾਡੀ ਫਿਲੋਸਫੀ ਦੇ ਅਟੈਕ ਹੈ, ਸਾਡੀ ਮਰਿਆਦਾ ਦੇ ਅਟੈਕ ਹੈ, ਉਹਦੇ ਲਈ ਸ਼੍ਰੋਮਣੀ ਕਮੇਟੀ ਲੜੇਗੀ, ਖਾਲਸਾ ਪੰਥ ਲੜੇਗਾ ਸਾਰਾ। ਜੀ ਮੈਂ ਪ੍ਰਾਈਮ ਮਿਨਿਸਟਰ ਵੀ ਲਿਖਿਆ, ਅਸੀਂ ਸਾਰਿਆਂ ਨੂੰ ਲਿਖਿਆ ਵਿੱਚ ਜਿੰਨੇ ਸਾਰੇ, ਉਹ ਬੇਸਿਕਲੀ ਸਾਰੇ ਪਾਰਲੀਮੈਂਟ ਦੇ ਮੈਂਬਰ ਨੇ, ਕੋਈ ਲੋਅਰ ਹਾਊਸ ਦਾ ਮੈਂਬਰ ਹੈ, ਕੋਈ ਅਪਰ ਹਾਊਸ ਦਾ ਮੈਂਬਰ ਹੈ, ਜਿੰਨੇ GST ਕੌਂਸਲ ਦੇ ਜਿਹੜੇ ਜਿੰਨੇ ਅਸੀਂ ਪਾਰਲੀਮੈਂਟ ਦੇ ਮੈਂਬਰ ਜਿਹੜੇ ਨੇ ਉਹਨਾਂ ਨੂੰ ਲਿਖਿਆ। ਅੱਜ ਅਸੀਂ ਕੌਂਸਲ ਦੀ ਆਊਟਪੁੱਟ ਦੇਖਦੇ ਹਾਂ ਕੀ ਹੁੰਦੀ ਹੈ, ਉਹ ਤੋਂ ਬਾਅਦ ਜਿੰਨੇ ਦੇਸ਼ ਦੇ ਸੂਬੇ ਦੇ ਜਿਹੜੇ ਫਾਈਨਾਂਸ ਮਿਨਿਸਟਰ ਨੇ ਉਹਨਾਂ ਨਾਲ ਗੱਲ ਬਾਅਦ 'ਚ ਕਰਾਂਗੇ। ਪਟਿਆਲਾ ਤੋਂ ਹਰਵਿੰਦਰ ਕੁੱਕੂ ਦੇ ਨਾਲ ਬਿਊਰੋ ਰਿਪੋਰਟ, KTV।